ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀ타ਰਾਮਨ ਨੇ ਲੋਕ ਸਭਾ ਵਿੱਚ 2014 ਤੋਂ ਪਹਿਲਾਂ ਦੇ ਭਾਰਤੀ ਅਰਥਚਾਰੇ ਨਾਲ ਜੁੜਿਆ ਇੱਕ ਵਾਈਟ ਪੇਪਰ ਪੇਸ਼ ਕੀਤਾ ਸਰ ਆਈ ਰਾਈਜ਼ ਟੂ ਲੇ ਅ ਵਾਈਟ ਪੇਪਰ ਓਨ ਦੀ ਇੰਡੀਅਨ ਇਕਨੋਮੀ ਬੋਥ ਇਨ ਹਿੰਦੀ ਐਂਡ ਇੰਗਲਿਸ਼ ਵਰਸ਼ਨਸ ਸਰਕਾਰ ਵੱਲੋਂ ਪੇਸ਼ ਕੀਤੇ 69 ਸਫਿਆਂ ਦੇ ਵਾਈਟ ਪੇਪਰ ਵਿੱਚ ਕਿਹਾ ਗਿਆ ਹੈ ਕਿ ਜਨਤਕ ਅਦਾਰਿਆਂ ਦੀ ਬਰਬਾਦੀ ਨੇ ਅਰਥਚਾਰੇ ਨੂੰ ਪਿੱਛੇ ਧਕੇਲਿਆ ਸੀ ਸਮਾਜਿਕ ਖੇਤਰ ਦੀਆਂ ਕਈ ਯੋਜਨਾਵਾਂ 'ਤੇ ਵੱਡੀ ਮਾਤਰਾ ਵਿੱਚ ਰਕਮਾਂ ਖਰਚ ਨਹੀਂ ਕੀਤੀਆਂ ਗਈਆਂ ਯੂਪੀਏ ਦੇ ਕਾਰਜਕਾਲ ਦੌਰਾਨ ਕੇਂਦਰ ਸਰਕਾਰ ਦਾ ਬਾਜ਼ਾਰ ਉਧਾਰੀ ਨਾਲ ਜੁੜਿਆ ਹੋਇਆ ਸੀ ਯੂਪੀਏ ਸਰਕਾਰ ਦੇ ਬੇਲਗਾਮ ਸਕਲ ਕਰੇਲੂ ਕਾਟੇ ਨੇ ਅਰਥਚਾਰੇ ਨੂੰ مالی ਸੰਕਟ ਵਿੱਚ ਪਾਇਆ ਯੂਪੀਏ ਕਾਰਜਕਾਲ ਦੌਰਾਨ ਬੈਂਕਾਂ ਦੇ ਐਨਪੀਏ ਵਿੱਚ ਵਾਧਾ ਦੇਖਣ ਨੂੰ ਮਿਲਿਆ 2004 ਦੇ ਸਹਿਤਮੰਦ ਅਰਥਚਾਰੇ ਤੋਂ 2014 ਦੇ ਢਿੱਲੇ ਮੱਠੇ ਅਰਥਚਾਰੇ ਤੱਕ ਦਾ ਸਫ਼ਰ ਇਸ ਵਾਈਟ ਪੇਪਰ ਵਿੱਚ ਕੀਤਾ ਗਿਆ ਹੈ 10 ਸਾਲ ਦੇ ਯੂਪੀਏ ਕਾਜਕਾਲ ਦੌਰਾਨ ਅਰਥਚਾਰੇ ਦੇ ਮਾੜੇ ਪ੍ਰਦਰਸ਼ਨ ਦਾ ਵੀਰਵਾ ਸਾਂਝਾ ਕੀਤਾ ਗਿਆ ਖਜ਼ਾਨਾ ਮੰਤਰੀ ਨਿਰਮਲਾ ਸਿਤਾਰਾਮਨ ਨੇ ਅੰਤਰੀਮ ਬਜਟ ਵਿੱਚ ਵਾਈਟ ਪੇਪਰ ਲਿਆਉਣ ਦਾ ਐਲਾਨ ਕੀਤਾ ਸੀ ਵਾਈਟ ਪੇਪਰ ਵਿੱਚ ਯੂਪੀਏ ਸਰਕਾਰ ਦੇ 15 ਕੁਟਾਲਿਆਂ ਦਾ ਵੀਰਵਾ ਸਾਂਝਾ ਕੀਤਾ ਗਿਆ ਭਲਕੇ ਵਾਈਟ ਪੇਪਰ ਤੇ ਚਰਚਾ ਹੋਵੇਗੀ